ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ। ਮੈਂ ਮਿਸਟਰ ਕਮਾਲ, ਤੁਸੀਂ ਦੇਖ ਰਹੇ ਹੋ ਵਨ ਐਂਡ ਓਨਲੀ ਪੰਜਾਬੀ ਪੋਟਲੀ। ਇੱਕ ਗਾਣਾ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਯੂਟਿਊਬ ਤੇ, ਇੰਸਟਾਗ੍ਰਾਮ ਤੇ, ਸਨੈਪਚੈਟ ਤੇ, ਭਾਵੇਂ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਭਾਵੇਂ ਫੇਸਬੁੱਕ ਤੇ ਚੱਲ ਜਾਓ, ਭਾਵੇਂ ਮਾਰਕੀਟਾਂ ਦੇ ਵਿੱਚ ਚੱਲ ਜਾਓ, ਕਿਤੇ ਮਰਜ਼ੀ ਦੇਖ ਲਓ, ਕਿਤੇ ਨਹੀਂ ਤੇਰਾ ਰੁਤਬਾ ਘਟਦਾ ਜੇ ਕਿਤੇ ਹੱਸ ਕੇ ਬੁਲਾਲਵੇਂ। ਜੀ ਹਾਂ ਦੋਸਤੋ, ਇਹ ਗਾਣਾ ਸਰਤਾਜ ਸਾਹਿਬ ਦਾ, ਆਪਾਂ ਸਾਰੇ ਜਾਣਦੇ ਹਾਂ। ਤੇ ਉਹਨਾਂ ਦੀ ਇੱਕ ਫਿਲਮ ਆਈ ਹੈ ਜਿਹਦਾ ਨਾਮ ਹੈ ਕਲੀ ਜੋਟਾ, ਤੇ ਫਿਲਮ ਦੇ ਵਿੱਚ ਸਰਤਾਜ, ਸਤਿੰਦਰ ਸਰਤਾਜ, ਵਾਮਿਕਾ ਗੱਬੀ ਤੇ ਨਿਰੂ ਬਾਜਵਾ ਦਿਖ ਰਹੇ ਨੇ। ਤੇ ਉਸੇ ਫਿਲਮ ਦਾ ਅੱਜ ਆਪਾਂ ਪਬਲਿਕ ਰਿਵਿਊ ਕਰਨ ਆਏ ਹੋਏ ਕਿ ਪਬਲਿਕ ਨੂੰ ਕਿਵੇਂ ਦੀ ਲੱਗ ਰਹੀ ਹੈ ਉਹ ਫਿਲਮ, ਤੇ ਕੀ ਰਿਸਪੋਂਸ ਹੈ, ਬਾਕੀ ਫਿਲਮ ਪੂਰੀ ਛਾਈ ਹੋਈ ਹੈ। ਆਓ ਆਪਾਂ ਹੁਣ ਪੁੱਛਦੇ ਹਾਂ ਜਨਤਾ ਨੂੰ ਕਿ ਜਨਤਾ ਨੂੰ ਕਿਵੇਂ ਲੱਗ ਰਹੀ ਫਿਲਮ। ਆ ਜਾਓ ਫਿਰ। ਸੋ ਜੀ, ਜਿਵੇਂ ਕਿ ਤੁਹਾਨੂੰ ਦੱਸਿਆ ਕਿ ਆਓ ਆਪਾਂ ਜਨਤਾ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਫਿਲਮ ਕਿਵੇਂ ਲੱਗ ਰਹੀ ਹੈ। ਅਤੇ ਭਾਈ ਉਹਨਾਂ ਹਰਿਆਣੇ ਤੋਂ ਸਾਨੂੰ ਮਿਲ ਚੁੱਕੇ ਨੇ, ਅਤੇ ਭਾਈ ਕੀ ਹਾਲ ਚਾਲ? ਬੜਿਆ ਭਾਈ ਸਾਹਿਬ ਜੀ, ਆਪ ਬਤਾਓ। ਬਹੁਤ ਅੱਛੇ, ਬਹੁਤ ਅੱਛੇ। ਪਹਿਲੇ ਇਹ ਬਤਾਈਏ, ਅੱਜ ਮੋਹਾਲੀ ਮੈਂ ਕੈਸੇ ਆਨੇ ਹੋਏ? ਭਾਈ ਮੈਂ ਆਪ ਇਸਮੇਂ ਇੰਟਰਨੈਸ਼ਨਲ, ਮੈਂ ਇਸਮੇ ਜੁਆਇਨ ਕੀਆ ਮੈਨੇ ਕਲਾਸ ਮੇਂ। ਅੱਛਾ, ਤੋ ਹਮ ਆਤੇ ਸਿੱਧਾ ਮੂਵੀ ਕੇ ਉੱਪਰ। ਇੱਕ ਮੂਵੀ ਆਈ ਹੈ ਜਿਸਕਾ ਨਾਮ ਹੈ ਕਲੀ ਜੋਟਾ, ਤੋ ਆਪਨੇ ਦੇਖ ਲਈ? ਹਾਂਜੀ, ਮੈਨੇ ਅਭੀ ਰੀਸੈਂਟਲੀ ਦੇਖੀ ਤੀ ਵੋ ਜੀ। ਔਰ ਇਸਕਾ ਲਵ ਸਟੋਰੀ ਬਹੁਤ ਅੱਛੀ ਹੈ, ਸਾਥ ਸਾਥ ਇਸਮੇਂ ਵੋਲੈਂਸ ਬਹੁਤ ਅੱਛਾ ਦੇ ਰੱਖਾ ਹੈ। ਔਰ ਜੋ ਕਿ ਮੈਨੇ ਰੀਅਲਾਈਜ਼ ਕੀਆ ਹੈ ਇਸਕੇ ਜੋ ਕੰਸੈਪਟ ਹੈ ਵੋ ਬਹੁਤ ਅੱਛੇ ਦੇ ਰੱਖੇ ਹੈ ਮੂਵੀ ਮੇਂ। ਇੱਕ ਯੂਨੀਕ ਆਈਡੀਆਸ ਲੈ ਕੇ ਆਏ। ਔਰ ਆਪ ਇਸ ਫਿਲਮ ਕੋ 10 ਮੇਂ ਸੇ ਕਿਤਨੇ ਸਟਾਰ ਦੋ? ਮੈਂ ਤਾਂ 10 ਮੇਂ ਸੇ ਅਪਰੋਕਸੀਮੇਟਲੀ 10 ਹੀ ਦੂੰਗਾ ਜੀ। ਇਹਦਾ ਮਤਲਬ ਕਿ ਫਿਲਮ ਬਹੁਤ ਅੱਛੀ ਲੱਗ ਰਹੀ ਹੈ। ਐਂਡ ਮੈਂ ਇਹੀ ਦੱਸਣਾ ਚਾਹੁੰਦਾ ਕਿ ਤੁਸੀਂ ਵੀ ਜਾ ਕੇ ਦੇਖੋ ਇੱਕ ਵਾਰੀ। ਬਿਲਕੁਲ ਬਿਲਕੁਲ, ਸਾਰੇ ਜਣੇ ਜ਼ਰੂਰ ਦੇਖ ਕੇ ਆਓ। ਸੋ ਇੱਕ ਸਾਨੂੰ ਬਾਈ ਜੀ ਮਿਲ ਚੁੱਕੇ ਨੇ, ਅਤੇ ਬਾਈ ਜੀ ਨੇ ਕਿਹਾ ਵੀ ਮੈਂ ਕਲੀ ਜੋਟਾ ਫਿਲਮ ਦੇਖ ਲਈ ਹੈ, ਅਤੇ ਕਿਵੇਂ ਦੇਖੀ, ਕਿਵੇਂ ਲੱਗੀ? ਬਾਈ ਨੂੰ ਪੁੱਛਦੇ ਹਾਂ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਬਾਈ ਜੀ, ਦੇਖਿਆ ਫਿਲਮ? ਹਾਂਜੀ ਹਾਂ ਵੀਰੇ, ਦੇਖਿਆ ਜੀ। ਅੱਛਾ ਵੀਰੇ, ਮੁੱਲਾ ਦਾ ਵੀ ਕਦੋਂ ਦੇਖ ਕੇ ਆਏ ਹੋ? ਮੈਂ ਵੀਰੇ ਕੱਲ੍ਹ ਗਿਆ ਸੀਗਾ। ਅੱਛਾ ਅੱਛਾ, ਅਤੇ ਬਾਈ ਜੀ ਕਿਵੇਂ ਦੀ ਲੱਗੀ ਫਿਲਮ? ਵੀਰੇ ਬਹੁਤ ਵਧੀਆ, ਟ੍ਰੇਲਰ ਵਿੱਚ ਮੈਸੇਜ ਬਹੁਤ ਵਧੀਆ ਦਿੱਤਾ ਉਹਨਾਂ ਨੇ, ਮੈਂ ਉਹ ਟ੍ਰੇਲਰ ਦੇਖ ਕੇ ਹੀ ਗਿਆ ਤਾ, ਅਤੇ ਫਿਲਮ ਵੀ ਬੜੀ ਵਧੀਆ ਲੱਗੀ ਯਾਰ। ਸਾਰੇ ਜਣੇ ਦੇਖ ਕੇ ਆਇਓ, ਮੇਰਾ ਤਾਂ ਇਹੀ ਮੈਸੇਜ ਆ ਸਾਰਿਆਂ ਨੂੰ ਕਿ ਦੇਖਣ ਵਾਲੀ ਫੈਮਿਲੀ ਫਿਲਮ ਆ। ਹਾਂਜੀ ਬਾਈ ਜੀ, ਫਿਲਮ ਦੇ ਤੁਸੀਂ ਕੋਈ ਗਾਣੇ ਪਹਿਲਾਂ ਸੁਣ ਲਏ ਸੀ ਕਿ ਜਾ ਕੇ ਉੱਥੇ ਥੀਏਟਰ ਦੇ ਵਿੱਚ? ਨਹੀਂ ਵੀਰੇ, ਉੱਥੇ ਥੀਏਟਰ ਵਿੱਚ ਸੁਣੇ ਆ, ਅਤੇ ਮੈਂ ਉਹ ਤੋਂ ਬਾਅਦ 'ਚ ਕੱਲ੍ਹ ਵੀ, ਹੁਣ ਅਸੀਂ ਆਏ ਹਾਂ ਇੱਥੇ ਨੂੰ ਮੋਹਾਲੀ ਨੂੰ, ਅਤੇ ਉਹੀ ਗਾਣੇ ਚੱਲਦੇ ਆਏ ਹਾਂ। ਮਤਲਬ ਸਰਤਾਜ ਦੀ ਐਕਟਿੰਗ ਇੰਨੀ ਵਧੀਆ ਕਿ ਕਹਿ ਨਹੀਂ ਸਕਦੇ ਕੁਛ। ਬਹੁਤ ਵਧੀਆ। ਅਤੇ ਬਾਈ ਜੀ, ਤੁਸੀਂ ਪੂਰੀ ਫਿਲਮ ਨੂੰ ਆਲ ਓਵਰ 5 ਚੋਂ ਕਿੰਨੇ ਸਟਾਰ ਦਿਓਗੇ? 5 to 5 ਵੀਰੇ। 5 to 5, ਹਾਂਜੀ। ਵਧੀਆ ਲੱਗੇ ਫਿਲਮ ਬਾਈ, ਫਿਲਮ ਵਧੀਆ ਲੱਗ ਰਹੀ ਹੈ ਅਤੇ ਅੱਛੀ ਲਾ। ਹਾਂਜੀ, ਠੀਕ ਹੋ, ਕਹਿ ਹੋ? ਅਤੇ ਉੱਧਰੋਂ ਵੀ ਆ ਰਹੇ ਨੇ ਥੋੜ੍ਹੇ ਜਿਹੇ ਮੈਸੇਜ, ਹੋਰ ਸੁਨੇਹੇ ਆ ਰਹੇ ਨੇ, ਅਤੇ ਜੇ ਹੋਰ ਆਉਂਦੇ ਨੇ ਮੈਂ ਤੁਹਾਨੂੰ ਦਿਖਾਉਣਾ ਉਹ, ਅਤੇ ਉਦੋਂ ਤੱਕ ਦੇ ਲਈ ਆਇਓ ਕੇ ਚੱਲੀਏ। ਸੋ ਬਾਈ ਉਹਨਾਂ ਮਿਲ ਚੁੱਕੇ ਨੇ, ਅਤੇ ਬਾਈ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਫਿਲਮ ਫਿਲਮ ਦੇਖੀ ਹੈ ਤੁਸੀਂ? ਕਹਿੰਦੇ ਹਾਂ ਯਾਰ, ਅਸੀਂ ਹੁਣੀ ਦੇਖ ਕੇ ਆਏ ਹਾਂ। ਅਤੇ ਬਾਈ ਨੂੰ ਪੁੱਛਦੇ ਹਾਂ ਕਿ ਕਿਵੇਂ ਦੀ ਫਿਲਮ ਲੱਗੀ, ਅਤੇ ਬਾਈ ਤਾਂ ਵੈਸੇ ਮੇਰੇ ਤੋਂ ਜ਼ਿਆਦਾ ਨੌਲੇਜ ਰੱਖ ਰਹੇ ਸੀ ਫਿਲਮ ਬਾਰੇ ਕਿ ਇੱਦਾਂ ਗਾਣੇ ਆਏ ਨੇ, ਅਤੇ ਇਹਨਾਂ ਨੂੰ ਡਾਇਲੋਗ ਵੀ ਯਾਦ ਸੀ ਵੀ ਸੋਹਣਿਓ ਵਾਹ ਅੱਜ ਤਾਂ ਲਾਈਨਾਂ ਵਾਲੀ ਸ਼ਰਟ ਪਾਈ ਹੈ, ਅਤੇ ਹਾਏ ਹਾਏ ਸੋਹਣਿਓ ਲਾਈਨਾਂ ਵਾਲੀ ਸ਼ਰਟ, ਅੱਜ ਪੱਕਾ ਮਰੂ ਕੋਈ। ਹਾਏ ਭਾਈ, ਆ ਬਾਲੀ ਸੋਹਣੀ ਫਿਲਮ ਹੈ ਬਾਈ, ਗਾਣੇ ਵੀ ਬੜੇ ਸਿਰਾ ਹੈ, ਬਹੁਤ ਹੀ ਸਿਰਾ ਹੀ ਆ। ਹਾਂ, ਸਰਤਾਜ ਦੇ ਗਾਣੇ ਬਾਈ ਬਹੁਤ ਵਧੀਆ, ਰੁਤਬਾ ਗਾਣਾ ਬਹੁਤ ਵਧੀਆ ਗਾਣਾ ਜੀ, ਬਹੁਤ ਵਧੀਆ ਮੂਵੀ ਬਣਾਈ ਹੋਈ ਆ, ਵਧੀਆ ਐਕਟ ਕੀਤੇ, ਵਧੀਆ ਬਾਈ, ਬੜੀ ਸੋਹਣੀ ਹੈ, ਸਿਰਾ ਹੀ ਲੱਗਦਾ, ਬਹੁਤ ਚੰਗਾ ਲੱਗਿਆ ਵੀਰੇ, ਵਧੀਆ ਫੀਲ ਹੁੰਦਾ ਬਾਈ। ਮੈਸੇਜ ਵੀ ਬਹੁਤ ਸੋਹਣਾ ਦਿੱਤਾ, ਲਵ ਸਟੋਰੀ ਵੀ ਪੂਰੀ ਸਿਰਾ ਸੀ, ਅਤੇ ਬਾਕੀ ਬਾਈ ਗਾਣਾ ਦਾ ਜਿਹੜਾ ਸਰਤਾਜ, ਸਤਿੰਦਰ ਸਰਤਾਜ ਦਾ ਬਹੁਤ ਸੋਹਣਾ ਗਾਣਾ ਬਾਈ ਰੁਤਬਾ। ਦੇਖੋ ਫਿਲਮ, ਬਹੁਤ ਸੋਹਣੀ ਫਿਲਮ ਹੈ ਜੀ, ਸਾਰੇ ਦੇਖ ਕੇ ਆਇਓ ਜ਼ਰੂਰ ਜੀ। ਅਤੇ ਬਾਈ ਜੀ, ਜੇ ਆਪਾਂ ਉਹਦੇ ਫਿਲਮ ਦੀ ਗੱਲ ਕਰੀਏ, ਫਿਲਮ ਨੂੰ 10 ਚੋਂ ਕਿੰਨੇ ਸਟਾਰ ਦੋਗੇ? 10 to 10 ਹੀ ਹੈ ਬਾਈ, 10 to 10 ਹੀ। ਬਾਲੀ ਸੋਹਣੀ ਗੱਡੀ ਹੈ ਬਾਈ ਨੇ, ਸਿਰਾ ਲਾਤਾ ਬਾਈ ਦਿਮਾਗ। ਤੇ ਬਾਈ ਜੀ, ਆਪਾਂ ਕਿੱਥੋਂ ਹੈ ਜੀ? ਹਰਿਆਣੇ ਤੋਂ ਆ ਬਾਈ, ਰਤੀਏ ਤੋਂ। ਹਾਂਜੀ, ਫਤਿਹਗੜ੍ਹ ਡਿਸਟ੍ਰਿਕਟ ਜੀ। ਤੇ ਫਿਲਮ ਮੈਨੂੰ ਲੱਗਦਾ ਕੱਲ ਪਰਸੋਂ ਦੇਖ ਲਈ ਹੋਣੀ ਤੁਸੀਂ? ਹਾਂਜੀ, ਕੱਲ ਹੀ ਰਾਤ ਹੀ ਦੇਖਿਆ ਹੈ ਫਿਲਮ ਕਰਕੇ ਹੀ ਪਵਾਈਏ। ਹਾਂ ਬਾਈ, ਬਹੁਤ ਵਧੀਆ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਰਿਵਿਊ ਦਿੱਤਾ, ਤੇ ਬਾਕੀ ਤੁਸੀਂ ਸਾਰੇ ਜਣੇ ਫਿਲਮ ਦੇਖ ਕੇ ਇੱਕ ਵਾਰੀ ਕਹਿ ਦਿਓ। ਹਾਂ ਬਾਈ, ਹਾਂਜੀ, ਸਾਰੇ ਜਣੇ ਫਿਲਮ ਦੇਖ ਕੇ ਆਈ ਕਲੀ ਜੋਟਾ, ਗੁੱਡ ਫਿਲਮ ਹੈ, ਇੱਕ ਵਾਰ ਜ਼ਰੂਰ ਦੇਖਿਓ ਵੀਰੇ। ਮੈਂ ਕਿਹਾ ਸੀ ਨਾ ਕਿ ਐਵੇਂ ਨਹੀਂ ਹੈਗਾ ਆਪਾਂ ਜਾਣਾ, ਆਪਾਂ ਪੂਰਾ ਪੁੱਛ ਕੇ ਜਾਣਾ ਵੀ ਫਿਲਮ ਕਿਵੇਂ ਲੱਗੀ। ਤੇ ਬਾਈ ਉਹਨਾਂ ਨੂੰ ਪੁੱਛ ਲੈਂਦੇ ਹੁਣ ਕਿ ਇਹਨਾਂ ਨੂੰ ਕਿਵੇਂ ਲੱਗੇ, ਹਰਿਆਣੇ ਵਾਲਾ ਤਾਂ ਪੁੱਛ ਲਿਆ ਆਪਾਂ ਪਹਿਲਾਂ ਆਉਂਦੇ ਸਾਰ, ਤੇ ਹੁਣ ਬਾਈ ਉਹਨਾਂ ਨੇ ਪੁੱਛਣਾ ਬਾਈ ਕਿੱਥੋਂ ਆਪਾਂ? ਬਾਈ ਹਰਿਆਣੇ ਤੋਂ ਹੀ ਫਤਿਹਾਬਾਦ ਤੋਂ ਜੀ। ਮੈਨੂੰ ਤਾਂ ਫਿਲਮ ਹਰਿਆਣੇ 'ਚ ਲੱਗੀ ਹੈ, ਬਣੀ ਪੰਜਾਬ 'ਚ। ਮੈਨੂੰ ਦੱਸੋ ਬਾਈ ਜੀ, ਫਿਲਮ ਕਿਵੇਂ ਲੱਗੀ ਤੁਹਾਨੂੰ? ਬਹੁਤ ਵਧੀਆ ਜੀ, ਇੱਕ ਲਵ ਸਟੋਰੀ ਜਿਹੜਾ ਬੰਦਾ ਲਵ ਕਰਦਾ ਜਾਂ ਵਿਸ਼ਵਾਸ ਰੱਖਦਾ ਉਹਦੇ ਵਾਸਤੇ ਬਹੁਤ ਵਧੀਆ ਮੂਵੀ ਆ, ਜ਼ਰੂਰ ਦੇਖਣੀ ਚਾਹੀਦੀ ਆ, ਫੈਮਿਲੀ ਮੂਵੀ ਆ, ਸਾਰੇ ਇਕੱਠੇ ਬਹਿ ਕੇ ਦੇਖੋ, ਮਨੋਰੰਜਨ ਵਧੀਆ ਹੁੰਦਾ ਜੀ, ਬਹੁਤ ਵਧੀਆ ਗਾਣੇ, ਸਰਤਾਜ ਬਾਈ ਗਾਣੇ ਪਤਾ ਹੀ ਆ, ਆਲਵੇਜ਼ ਵਧੀਆ ਹੁੰਦੇ ਆ ਜੀ, ਆਲਵੇਜ਼ ਸਿਰਾ ਹੁੰਦੇ ਆ, ਇੱਕ ਵਧੀਆ ਚੀਜ਼ ਦੱਸਦੇ ਆ ਹਰੇਕ ਆਪਦੀ ਹਰੇਕ ਫਿਲਮ 'ਚ ਗਾਣਿਆਂ 'ਚ, ਅਤੇ ਨੀਰੂ ਬਾਜਵਾ ਜੀ ਦੀ ਐਕਟਿੰਗ ਉਹ ਤਾਂ ਕਹਿ ਰਹੀ ਹੈ ਬਾਈ। ਅੱਛਾ ਬਾਈ, ਕਲੀ ਜੋਟਾ ਫਿਲਮ ਦਾ ਨਾਮ ਹੈ,
अगर आप रिस्पोंस देवे अगे तो नवी चीजा देखने जरूर मिलने करो हर रिस्पोंस का रिस्पोंस करो जी क्यों टुटा जी फिल्म गल कर रहे आप वो तुसी देख के तो जरूर आनी है तो बाई उन्होंने भी देख लिया है बड़ा मुश्किल फिर एक बंदा आप लभ्या तो बाई कहते हाँ मैं देखी है तो बाई ने तो मनू उल्टा इन गलत दसतियाँ कहते भी वो जी एक्टिंग सी उत्थे बड़ा सीन सीगा वो बड़ा गाना सीगा तो बाई ने बहुत कुछ दसिया तो बाई में गल करते हैं बाई सब तो पहले तो दसो भी फिल्म देख आए हाँ जी वीर तो वीर कदों को देख के आए फिल्म कल परसों देखी वीर परसों देख हाँ जी अच्छा भी ऐसा दसो भी फिल्म एक्टिंग की सब तो ज़्यादा वजी लगी मनते ही नीरू बाजवा जी की वजी लगी पर सरताज भीर की वजी थी तो गाने गाने भी बहुत बढ़िया फेवरेट गाना केड़ा ओ रुतबा रुतबा सारे दिलों के उत्ते छा रहे थे भाई फिल्म नूं तुसीं जे 10 तो कितने स्टार दोगे फिर 10 मते आपां 10 ही दोगे 10 मते 10 दोगे नीरू बाजवा जी दी एक्टिंग बड़ी वधिया सरताज भाई दी भी अच्छा फिल्म च भाई जी की आपां नूं मैसेज की मिलदा हैगा फिल्म मैसेज दे रही पर बढ़िया थी बस बढ़िया फिल्म है भी एंटरटेनमेंट पूरा मिलता है फिल्म च सिरा गलबात हाँ जी किमें हो जी हाँ दोस्तों हाँ जी कैमो प्रोग्राम के अच्छा आप आए हुए थे फिल्म का करना हुआ पर रिव्यू नीरू बाजवा सतिंदर सरताज तो वामिका गब्बी जी की फिल्म आई है कली जोटा जी का नाम है तो बहुत लोगों ने देख लिया तो बहुत लोगों ने हजे देखनी है तो जिन्हें ने भी देखी है हूँ तक तो बहुत ही ऑनेस्ट रिव्यू दिता है तो ट्रेलर सब को पसंद आ रहा है सब तो इंपॉर्टेंट चीज फिल्म के गाने छाए हुए ने रुतबा गाना सारे दिलों से छाया हुआ है तो जिन्होंने फिल्म देख लिया वो अपने रिव्यूज दो जरूर कमेंट करके दस्यो तो चैनल लाइक शेयर सबसक्राइब कर जो तो मिलते हैं अगली बार अगले किसी प्रोग्राम ਦੇ ਨਾਲ ਤੇ ਉਹ ਤੱਕ ਦੇ ਲਈ ਜੁੜੇ ਰਹੋ ਬਾਏ ਬਾਏ।